ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਮਾਰਨਿੰਗ। ਕੀ ਹਾਲ ਚਾਲ ਹੈ ਜੀ? ਉਮੀਦ ਹੈ ਜੀ ਠੀਕ ਹੀ ਹੋਵੇਗਾ ਜੀ। ਅਤੇ ਅੱਜ ਹੈ ਜੀ ਘਰ ਜਾਣ ਦੀ ਵਾਪਸੀ, ਅਤੇ ਟਾਈਮ ਹੋ ਚੁੱਕਿਆ ਜੀ 7:15। ਥੋੜ੍ਹਾ ਜਿਹਾ ਲੇਟ ਹੋ ਗਿਆ ਸੀ ਸਾਨੂੰ, ਕਿਉਂ 7:30-8 ਹੋ ਜਾਣੇ ਨਿਕਲਦੇ, ਕਿਉਂ ਆਰ ਵੀ ਥੋੜ੍ਹਾ ਜਿਹਾ ਬਿਮਾਰ ਹੋ ਗਿਆ ਸੀਗਾ ਇਹਨੂੰ, ਇਸ ਨੂੰ ਕੱਲ੍ਹ ਗਰਮੀ ਲੱਗ ਗਈ, ਵੋਮਿਟਿੰਗ ਵਗੈਰਾ ਇਹਨੂੰ, ਕੱਲ੍ਹ ਫੀਵਰ ਹੋ ਗਿਆ ਸੀਗਾ, ਅਤੇ ਹੁਣ ਥੋੜ੍ਹਾ ਜਿਹਾ ਬੈਟਰ ਫੀਲ ਕਰਦਾ। ਆਰ ਵੀ ਠੀਕ ਹੈ ਫਿਰ ਬੇਟਾ? ਹਾਂ ਇਹ ਆ ਗਿਆ, ਆਰ ਵੀ ਠੀਕ ਹੈ। ਹੁਣ ਇਹਨੂੰ ਕੁਛ ਖਿਲਾਉਂਦੇ ਹਾਂ ਜੀ, ਇਹ ਸੁਸਤ ਜਿਹੀ ਆ ਵਿਚਾਰਾ। ਠੀਕ ਹੈ ਆਰ ਵੀ ਨਾ ਜੀ, ਆਪਣੀ ਭੰਗੜੇ ਵਾਲੀ ਆ ਪਾ ਲਈ ਜੀ ਟੀ ਸ਼ਰਟ ਆਪਣੀ, ਹੈ ਨਾ? ਬੋਲੇ ਕਰਦੇ ਬੇਟੇ, ਐਂ ਕੀ ਕਰਦੇ ਹੁੰਦੇ, ਬੋਲੀ ਦਾ ਹੁੰਦਾ। ਹਾਂਜੀ ਠੀਕ ਹੈ, ਹੁਣ ਕੀ ਹੋਣਾ ਮੇਰੇ ਪੁੱਤ ਨੇ, ਜੈਮ ਖਾਣਾ ਬਰੇਡ ਜੈਮ ਖਾਣਾ। ਚਲੋ ਜੀ ਹੁਣ ਆਪਾਂ ਗੱਡੀ ਦੇ ਵਿੱਚ ਰੱਖਦੇ ਹਾਂ ਸਮਾਨ, ਧੁੱਪਾਂ ਤੋਂ ਪਹਿਲਾਂ ਜਿੰਨੀ ਜਲਦੀ ਨਿਕਲਾਂਗੇ। ਅੱਗੇ ਫਿਰ ਖੰਡਵਾ ਬਹਿਰਾਨਪੁਰ ਉੱਥੇ ਘਾਟ ਹੈ, ਰੋਡ ਬਹੁਤ ਛੋਟਾ ਹੈ ਜੀ, ਬਹੁਤ ਜਾਮ ਲੱਗ ਜਾਂਦਾ, ਜਿੰਨੀ ਛੇਤੀ ਨਿਕਲਾਂ ਉਨਾ ਟਾਈਮ ਨਾਲ ਪਹੁੰਚਾਂਗੇ। ਅਤੇ ਅੱਜ ਸਟੇਅ ਕਰਾਂਗੇ ਇੰਦੌਰ, ਅਤੇ ਕੱਲ੍ਹ ਨੂੰ ਇੰਦੌਰ ਤੋਂ ਜੋ ਅਗਲਾ ਪ੍ਰੋਗਰਾਮ ਹੋਏਗਾ ਉਹ ਤੁਹਾਨੂੰ ਕੱਲ੍ਹ ਦੀ ਵੀਡੀਓ 'ਚ ਪਤਾ ਲੱਗ ਜਾਏਗਾ ਜੀ। ਅਤੇ ਹੁਣ ਚੱਲਦੇ ਆਪਾਂ ਗੱਡੀਆਂ 'ਚ ਸਮਾਨ ਰੱਖੀਏ ਅਤੇ ਫਟਾਫਟ ਨਿਕਲੀਏ ਇੰਦੌਰ ਲਈ। ਹਾਂਜੀ ਜੀ ਹੁਣ ਆਪਾਂ ਇੰਦੌਰ ਨੂੰ ਜਾਣ ਲਈ ਗੱਡੀਆਂ ਜੀ ਤਿਆਰ ਬਰ ਤਿਆਰ, ਹੁਣ ਆਪਾਂ ਨਿਕਲ ਗਏ ਜੀ ਇੰਦੌਰ। ਇੱਥੋਂ ਨਿਕਲਾਂਗੇ ਜੀ ਆਪਾਂ ਨੰਦੇੜ ਤੋਂ ਜੀ, ਉੱਥੇ ਹਿੰਗੋਲੀ, ਹਿੰਗੋਲੀ ਤੋਂ ਮਤਲਬ ਇੱਕ ਇੱਥੋਂ ਇੰਦੌਰ ਤੋਂ ਇੱਕ ਚਿਕਲੀ ਵਾਲਾ ਰੋਡ ਹੈਗਾ, ਇੱਕ ਹਿੰਗੋਲੀ ਵਾਲਾ। ਹੁਣ ਆਪਾਂ ਹਿੰਗੋਲੀ ਵਾਲਾ ਰੋਡ ਨਿਕਲਦੇ ਹਾਂ, ਉੱਥੋਂ ਅੱਗੇ ਚਿਕਲੀ ਵੀ ਨਿਕਲ ਸਕਦੇ, ਅੱਗੇ ਦੂਸਰੇ ਨੋਡ ਵੀ ਰੋਡ ਵੀ ਹੈਗੇ ਆ ਮੇਰੇ ਖਿਆਲ, ਬਾਲਾਪੁਰ ਸ਼ਾਇਦ ਜਾਲਣਾ ਕੁਛ ਇੱਦਾਂ ਦੇ। ਚਲੋ ਅੱਗੇ ਆ ਜਾ ਕੇ ਆਪਾਂ ਗੂਗਲ ਲਾ ਲਾਂਗੇ ਅਤੇ ਨਿਕਲਦੇ ਹਾਂ ਜੀ। ਹੁਣ ਆਪਾਂ ਚੱਲਦੇ ਹਾਂ, ਹੁਣ ਆਪਾਂ ਅੱਜ ਰੁਕਾਂਗੇ ਜੀ ਇੰਦੌਰ, ਅਤੇ ਰਾਤੀ ਇੰਦੌਰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਹੈਗਾ, ਉੱਥੇ ਰੁਕਾਂਗੇ ਜਿੱਥੇ ਆਉਣ ਲੱਗੇ ਰੁਕੇ ਸੀਗੇ। ਠੀਕ ਹੈ ਜੀ, ਅਤੇ ਹੁਣ ਚੱਲਦੇ ਹਾਂ ਜੀ ਆਪਾਂ। ਭਲੇ ਸੋ ਨਿਹਾ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਸੱਚੇ ਪਾਤਸ਼ਾਹ, ਵਾਹਿਗੁਰੂ ਜੀ ਦੀ ਫਤਿਹ, ਕਿਰਪਾ ਕਰੀ ਦਾਤਿਆ, ਕੋਈ ਗਲਤੀ ਹੋ ਗਈ ਤਾਂ ਮਾਫ਼ ਕਰ ਦੀ। ਠੀਕ ਹੈ ਜੀ, ਸਾਰਿਆਂ ਨੂੰ ਤੰਦਰੁਸਤੀਆਂ ਦਈਂ, ਸਾਰਿਆਂ ਦੇ ਕੰਮ ਕਾਰ ਦੇ ਵਿੱਚ ਵਾਧੇ ਕਰੀ, ਫਿਰ ਤੇਰੇ ਦਰ 'ਤੇ ਛੇਤੀ ਛੇਤੀ ਮੱਥਾ ਟੇਕਣ ਆਈਏ। ਠੀਕ ਹੈ ਅਰਵੀ, ਚਲੋ ਜੀ। ਹਾਂਜੀ ਹੁਣ ਆਪਾਂ ਹਿੰਗੋਲੀ ਤੋਂ ਆ ਗਏ ਸੀਗੇ ਘਨੇਰ ਗਾਓਂ ਵਾਲਾ ਰੋਡ, ਅਤੇ ਵਾਸੀਮ ਤੋਂ ਜੀ ਇਹ ਰੋਡ ਬੜਾ ਵਧੀਆ ਜੀ। ਬਾਕੀ ਤੁਹਾਨੂੰ ਮੈਂ ਕਿਤੇ ਰੁਕ ਕੇ ਸਾਰੇ ਰੋਡ ਦੇ ਦੱਸ ਦਾਂਗਾ ਜੀ ਮੈਪ, ਅਤੇ ਰੋਡ 4-ਲੈਨ ਰੋਡ ਹੈਗਾ, ਕਿਤੇ ਸਿੰਗਲ ਵੀ ਆਉਂਦਾ। ਹਲੇ ਤੱਕ ਤਾਂ ਜੀ ਵਾਸੀਮ ਇਹ ਇੱਕ ਮਿੰਟ ਮੈਂ ਹਲੇ ਤੱਕ ਤਾਂ ਜੀ ਇਹ ਹਿੰਗੋਲੀ ਤੋਂ ਬਾਅਦ ਥੋੜ੍ਹਾ ਜਿਹਾ ਹਿੰਗੋਲੀ ਤੱਕ ਸਿੰਗਲ ਰੋਡ ਹੈ, ਉਸ ਤੋਂ ਬਾਅਦ ਡਬਲ ਰੋਡ ਹੈ ਸਾਰਾ, ਇਹ ਟੋਲ ਰੋਡ ਹੈਗਾ ਇਹ, ਅਤੇ ਵਧੀਆ ਰੋਡ ਹੈਗਾ ਜੀ। ਅਤੇ ਜਿੱਦਾਂ ਵੀ ਹੋਇਆ ਤੁਹਾਨੂੰ ਮੈਂ ਰੁਕ ਕੇ ਕਿਤੇ ਸਾਰੇ ਰੋਡ ਦਾ ਪਲੈਨ ਦੱਸ ਦਾਂਗਾ, ਪੂਰਾ ਮੈਪ ਦੱਸ ਦਾਂਗਾ ਵੀ ਕਿੱਦਾਂ ਕਿੱਦਾਂ ਤੁਸੀਂ ਨੰਦੇੜ ਸਾਹਿਬ ਤੋਂ ਆਉਣਾ ਹੈ। ਜਿਹੜੇ ਰੋਡ ਅਸੀਂ ਪਹਿਲਾਂ ਆਏ ਸੀਗੇ ਉਹ ਚਿਕਲੀ ਹੋ ਗਏ ਜੀ, ਉਹ ਰੋਡ ਤਾਂ ਠੀਕ ਹੈ, ਸਿੰਗਲ ਰੋਡ ਹੈਗਾ ਜੀ, ਬਹੁਤ ਸਿੰਗਲ ਰੋਡ ਹੈਗਾ ਹੈ, ਥੋੜ੍ਹਾ ਟਾਈਮ ਬੜਾ ਲੱਗਦਾ ਉਸ 'ਤੇ, ਇਹਦਾ ਉੱਥੇ ਓਵਰਟੇਕ ਨਹੀਂ ਹੁੰਦਾ ਜੀ, ਬੰਦਾ ਸਪੀਡ ਇਹ 30-40-50 ਦੀ ਸਪੀਡ ਰਹਿੰਦੀ ਆ। ਇਹ ਰੋਡ ਵਧੀਆ ਹੈਗਾ ਹੈ, ਬਾਕੀ ਦੇਖਦੇ ਹਾਂ ਸਾਨੂੰ ਇਹ ਕਿੰਨੇ ਕਿਲੋਮੀਟਰ ਪੈਂਦਾ, ਜੋ ਵੀ ਆ ਜਿੱਦਾਂ ਵੀ ਤੁਹਾਨੂੰ ਮੈਂ ਇੰਦੌਰ ਪਹੁੰਚ ਕੇ ਤੁਹਾਨੂੰ ਮੈਂ ਸਾਰਾ ਰੋਡ ਦਾ ਦੱਸ ਦਾਂਗਾ ਜੀ, ਪੂਰਾ ਮੈਪ ਦੱਸਾਂਗਾ ਵੀ ਕਿੱਧਰੋਂ ਕਿੱਧਰੋਂ ਕਿੱਦਾਂ ਤੁਸੀਂ ਆਉਣਾ ਹੈਗਾ ਹੈ। ਇਹ ਦੇਖੋ ਜੀ ਰੋਡ ਕਿੰਨਾ 4-ਲੈਨ ਰੋਡ ਹੈ, ਬੜਾ ਵਧੀਆ ਰੋਡ ਹੈਗਾ ਹੈ, ਨੰਦੇੜ ਸਾਹਿਬ ਤੋਂ ਹਿੰਗੋਲੀ, ਹਿੰਗੋਲੀ ਤੋਂ ਤੁਸੀਂ ਕਿਸੇ ਨੂੰ ਵੀ ਪੁੱਛ ਲਓ ਵਾਸੀਮ। ਬਾਕੀ ਤੁਹਾਨੂੰ ਮੈਂ ਸਾਰਾ ਰੁਕ ਕੇ ਕਿਤੇ ਇੰਦੌਰ ਪਹੁੰਚ ਕੇ ਤੁਹਾਨੂੰ ਮੈਂ ਸਾਰਾ ਰੋਡ ਦਾ ਪਲੈਨ ਦੱਸਾਂਗਾ। ਜਿਹੜੇ ਰੋਡ ਨੂੰ ਆਪਾਂ ਪਹਿਲਾਂ ਆਏ ਤੇ ਬੜਾ ਗੰਦਾ ਥਾ, ਇੰਨਾ ਗੱਡੇ ਜੇ ਦਰਦ ਘੜੀ ਦਰਦ ਹੋਣ ਲੱਗ ਗਿਆ, ਬੜਾ ਗੰਦੇ ਰੋਡ ਹੈ ਉਹ, ਬਣੇ ਕਿਹੜਾ ਬੁਰਾ ਹਾਲ, ਇੰਨਾ ਗੰਦਾ ਰੋਡ।
ਚਿਕਲੀ ਚੁਕਲੀ ਹੋ ਕੇ ਪਤਾ ਨਹੀਂ ਕਿਹੜਾ ਹੰਗੋਲਾ 2 ਘੰਟੇ ਲੇਟ ਪਹੁੰਚੇ ਰੇਡ ਰੋਡ ਤਾਂ ਸਾਫ ਹੈ ਨਾ ਇਹ ਦੇਖੋ ਮੇਨ ਗੱਲ ਤੇ ਇਹ ਹੈ ਕਿੰਨਾ ਕਲੀਨ ਹੈ ਸਾਫ ਸੁਥਰਾ ਨਾ ਖੱਡਾ ਨਾ ਗਵਾਲ ਨਾ ਬਾਦ ਸਿੱਖ ਲੈਨ ਰੋਡ ਹੈ ਹਲੇ ਤੱਕ ਤਾਂ ਰੋਡ ਵਧੀਆ ਹੈਗਾ ਅੱਗੇ ਦੇ ਅੱਗੇ ਦੇਖਾਂਗੇ ਮੈਨੂੰ ਸਟਾਰਟਿੰਗ ਤੋਂ ਵਧੀਆ ਮਿਲ ਰਿਹਾ ਵਧੀਆ ਰੋਡ ਹੈਗਾ ਜੀ ਸਟਾਰਟਿੰਗ ਜੋ ਵਧੀਆ ਮਿਲ ਰਿਹਾ ਬੜਾ ਸੋਹਣਾ ਰੋਡ ਹੈ ਉਹਦੇ ਨਾਲ ਤਾਂ ਬੈਟਰ ਹੈ ਬਹੁਤ ਜ਼ਿਆਦਾ ਬੈਟਰ ਹੈ ਆਰਬੀ ਥੋੜਾ ਢਿੱਲਾ ਤਾਂ ਜੀ ਉਹ ਸੁੱਤਾ ਪਿਆ ਹੈ ਉਹ ਕੱਲ ਦਾ ਉਹਨੂੰ ਵਮਟਿੰਗ ਧੁੱਪਾਂ ਲੱਗ ਗਈ ਵਮਟਿੰਗ ਤੇ ਲੂਜ ਮੋਸ਼ਨ ਤਾਂ ਖੈਰ ਨਹੀਂ ਸੀਗੇ ਵਮਟਿੰਗ ਲੱਗ ਗਈ ਸੀਗੀ ਉਹਨੂੰ ਤੇ ਕੁਝ ਖਾ ਵੀ ਨਹੀਂ ਰਿਹਾ ਥੋੜਾ ਜਿਹਾ ਜੂਸ ਪੀ ਕੇ ਸੌ ਗਿਆ ਪਿੱਛੇ ਸੁੱਤਾ ਪਿਆ ਹੈ ਚਲੋ ਉਹਨੂੰ ਅੱਗੇ ਕਿਤੇ ਕੁਝ ਖਿਲਾਉਂਦੇ ਸੈਂਡਵਿਚ ਵਗੈਰਾ ਕੁਝ ਖਿਲਾਉਂਦੇ ਆ ਜੀ ਹੁਣ ਆਪਾਂ ਰੁਕੇ ਤੇ ਜੀ ਢਾਬੇ ਤੇ ਇੱਥੇ ਲੰਚ ਕਰਦੇ ਆ ਤੇ ਵੀਰ ਜੀ ਹੈਗੇ ਆਪਣੇ ਪੰਜਾਬ ਤੋਂ ਢਾਬੇ ਵਾਲੇ ਜਿਹਨੇ ਦਾ ਢਾਬਾ ਏ ਤੇ ਆਪਾਂ ਤੁਹਾਨੂੰ ਦੱਸਦੇ ਆ ਕਿਹੜੀ ਜਗ੍ਹਾ ਦਾ ਢਾਬਾ ਵੀਰ ਜੀ ਕਿਹੜੀ ਜਗ੍ਹਾ ਦਾ ਢਾਬਾ ਹੈ ਦੱਸੋ ਆਪਣੇ ਬੰਦਿਆਂ ਨੂੰ ਵੀ ਇਹ ਲੰਜੂੜ ਫਾਟਾ ਪਾਲਾ ਸਮਾਜ ਢਾਬਾ ਲੂਣ ਕਿਹੜਾ ਲੰਜੂੜ ਫਾਟਾ ਲੰਜੂੜ ਫਾਟਾ ਜੀ ਸਰ ਸਾਡੀ ਮਤਲਬ ਕਿਹੜਾ ਹਾਈਵੇ ਹੋ ਗਿਆ ਆਪਣਾ ਇਹ ਵਾਲਾ ਹੈ ਕਿਹੜਾ ਹਾਈਵੇ ਇਹ 6 ਨੰਬਰ ਹਾਈਵੇ 6 ਨੰਬਰ ਹਾਈਵੇ ਹੈ ਨਾ ਹਾਂ ਇਧਰੋਂ ਕਿਹੜਾ ਇਹ ਬੰਬੇ ਜਾਣੇ ਵਾਲਾ ਬੰਬੇ ਵਾਲਾ 6 ਨੰਬਰ ਹਾਈਵੇ ਠੀਕ ਹੈ ਤੁਸੀਂ ਆ ਕੇ ਜੀ ਇੱਥੇ ਰੋਟੀ ਪਾਣੀ ਖਾ ਸਕਦੇ ਆ ਆਪਾਂ ਨੇ ਲੰਚ ਕਰ ਲਿਆ ਬੜਾ ਵਧੀਆ ਲੰਚ ਤਾਂ ਵੀਰ ਜੀ ਦਾ ਬੜਾ ਸਵਾਦ ਤੇ ਰੋਟੀ ਸਾਰੀ ਤੇ ਹੁਣ ਰੋਟੀ ਖਾ ਲਈ ਹੁਣ ਚਾਹ ਪੀ ਗਏ ਆਪਾਂ ਚੱਲਦੇ ਆ ਅੱਗੇ ਨੂੰ ਅੱਜ ਰੁਕਾਂਗੇ ਜੀ ਰਾਤ ਨੂੰ ਇੰਦੌਰ ਚਾਹ ਕਿਹਨੇ ਕਿਹਨੇ ਪੀਣੀ ਆ ਪੀਣੀ ਨੀ ਮੈਂ ਤਾਂ ਨੀ ਪੀਣੀ ਕਿਹਨੇ ਕਿਹਨੇ ਪੀਣੀ ਆ ਨਿੰਪੀ ਨੇ ਪੀਣੀ ਪੀਣੀ ਆ ਚਾਹ ਚੱਲ ਪੀ ਲਓ ਥੋੜੀ ਮੈਂ ਵੀ ਪੀ ਲੂੰਗਾ ਫਿਰ ਨਿੰਪੀ ਨੂੰ ਤਾਂ ਦੋ ਕਰਾ ਦਿਓ ਛੋਟੇ ਕਿ ਦੋ ਨਹੀਂ ਬੜੀ ਚਾਹ ਦਊਂਗਾ ਸਟੀਲ ਦੇ ਗਲਾਸ ਚ ਮਿਲੂਗੀ ਚਾਹ ਛੋਟੀ ਨਹੀਂ ਆਉਂਦੀ ਉਰੇ ਉਰੇ ਘਰ ਵਾਲਾ ਕੰਮ ਆਪਣਾ ਇਹ ਆ ਜੀ ਢਾਬਾ ਇਹ ਟਰੱਕਾਂ ਵਾਲੇ ਢਾਬੇ ਆ ਜੀ ਮੇਨ ਮੰਜੇ ਲਾ ਕੇ ਵਧੀਆ ਇੰਜੋਏ ਕਰਕੇ ਬੈਠ ਕੇ ਤਸੱਲੀ ਨਾਲ ਰੋਟੀ ਖਾਓ ਰਿਹਾ ਹੁਣ ਆਪਾਂ ਰੋਟੀ ਖਾ ਲਈ ਹੁਣ ਪੀਏ ਚਾਹ ਘੁੱਟ ਘੁੱਟ ਫਿਰ ਗੱਡੀਆਂ ਤੋਰਦੇ ਹਾਂ ਹਾਂਜੀ ਪ੍ਰਸ਼ਾਦੇ ਛੱਕ ਕੇ ਜੀ ਲੰਚ ਕਰਕੇ ਹੁਣ ਚੱਲੇ ਪਾਤੇ ਜੀ ਇੰਦੌਰ ਨੂੰ ਹੁਣ ਚੱਲਦੇ ਹਾਂ ਜੀ ਇੰਦੌਰ ਇੰਦੌਰ ਹੈਗਾ ਜੀ 275 ਕਿਲੋਮੀਟਰ ਗੂਗਲ ਦਿਖਾ ਰਿਹਾ ਜੀ 9:30 ਪਰ ਆਪਾਂ ਨੂੰ ਵੱਜਣੇ ਆ 11 11:30 ਆਰਾਮ ਨਾਲ ਵੱਜਣੇ ਜੀ ਰਸਤੇ 'ਚ ਰੁਕਦੇ ਦੁਕਾਨ 'ਤੇ ਜਾਮ ਬੜਾ ਲੱਗਦਾ ਜੀ ਇੱਕ ਖੰਡਵਾ ਘਾਟਾ 'ਤੇ ਅਤੇ ਹੁਣ ਚੱਲਦੇ ਹਾਂ ਜੀ ਇੰਦੌਰ ਹਾਂਜੀ ਹੁਣ ਆਪਾਂ ਆ ਗਏ ਜੀ ਕਿੱਥੇ ਆ ਗਏ ਤੇ ਬਹਿਰਾਨਪੁਰ ਟੱਪੇ ਹੈ ਨਾ ਹਾਂ ਹੁਣ ਉੱਥੇ ਡਾਂਸ ਚੱਲ ਰਿਹਾ ਜੀ ਇੱਧਰ ਡਿੰਪੀ ਡਿੰਪੀ ਡਾਂਸ ਕਰ ਰਿਹਾ ਇੱਧਰ ਦੇਖੋ ਰੈਪ ਕਰ ਰਿਹਾ ਡਿੰਪੀ ਹੁਣ ਇੱਥੇ ਪੀਂਦੇ ਆ ਜੀ ਚਾਹ ਦੇ ਪਿਆਲੇ ਹਾਂ ਵਧੀਆ ਵਧੀਆ ਚਾਹ 4 ਵਜੇ ਵਾਲੀ ਚਾਹ ਚਾਰ ਵਾਲੀ 6 4 ਵਜੇ ਵਾਲੀ 6 ਵਜੇ ਵਾਲੀ ਪੀਉਂਗੇ ਹੁਣ ਚਾਹ ਓਕੇ ਹਾਂ ਚਲੋ ਵੀ ਚਾਹ ਬਣਾਈਏ ਮੇਰੀ ਮੰਮੀ ਆ ਗਈ ਥੱਕ ਗਈ ਬਹੁਤ ਕੰਮ ਦਾ ਬੈਠਿਆ ਥੱਕ ਰਹੇ ਆ ਬਾਈ ਚਾਹ ਬਣਾ ਦੇ ਪਿੱਤਰਾ ਕੀ ਕਰਦੀ ਐ ਇਹਨਾਂ ਨੂੰ ਸਵੈਟਰ ਬਣਾ ਦੇਣੇ ਤੇ ਕੋਟੀਆਂ ਬੁਣੀ ਜਾਣੀ ਦੀ ਸਵੈਟਰ ਹੈ ਨਾ ਕੋਟੀਆਂ ਬੁਣੀ ਜਾਣੀ ਦੀ ਸਹੀ ਗੱਲ ਹੈ ਹਾਂ ਹਾਂਜੀ ਪੰਜੀਤ ਜੀ ਕਿਆ ਹੋ ਗਿਆ ਸ਼ਹਿਰ ਤੋਂ ਹਾਂਜੀ ਹਾਂ ਸੁੱਤਾ ਪਿਆ ਆਇਆ ਉਹਦਾ ਸੌ ਰਿਹਾ ਤਾਂ ਹਾਂਜੀ ਚਾਹ ਪੀ ਲਈ ਜੀ ਚਾਹ ਬੜੀ ਸਵਾਦ ਸੀ ਢਾਬੇ ਦੇ ਢਾਬਾ ਸੀਗਾ ਮਹਾਰਾਜਾ ਢਾਬਾ ਮਹਾਰਾਜਾ ਨਿਊ ਮਹਾਰਾਜਾ ਢਾਬਾ ਅਤੇ ਹੁਣ ਚਾਹ ਪੀ ਕੇ ਹੁਣ ਚੱਲਦੇ ਹਾਂ ਜੀ ਅੱਗੇ ਖੰਡਵਾ ਬਹਿਰਾਨਪੁਰ ਅਸੀਂ ਕ੍ਰੋਸ ਕਰ ਲਿਆ ਖੰਡਵਾ ਘਾਟ ਜਾ ਰਹੇ ਹਾਂ ਜੀ ਉੱਥੇ ਬੜਾ ਜਾਮ ਹੈ ਗੂਗਲ 'ਤੇ ਦਿਖਾ ਰਿਹਾ ਬੜਾ ਜਾਮ ਹੈ ਸਾਨੂੰ ਵੱਜਣੇ ਰਾਤੀ 11 ਵੱਜਣੇ 10:30 11 ਵੱਜਣੇ ਪਹੁੰਚਦੇ ਨੂੰ ਅਤੇ ਨਿਕਲਦੇ ਹਾਂ ਟਾਈਮ ਨਾਲ ਜੀ ਹੁਣ ਚਲੋ ਆਰ ਵੀ ਬੇਟੇ ਬੈਠੋ ਹਾਂਜੀ ਹੁਣ ਆਪਾਂ ਆ ਗਏ ਸੀਗੇ ਜੀ ਇੰਦੌਰ ਤੋਂ ਇੱਥੇ 30-40 ਕਿਲੋਮੀਟਰ ਇੰਦੌਰ ਤੋਂ 30-40 ਕਿਲੋਮੀਟਰ ਪਿੱਛੇ ਆ ਜੀ ਅਤੇ ਹੁਣ ਆਪਾਂ ਡਿਨਰ ਕਰਨ ਲੱਗੇ ਹਾਂ ਜੀ ਆਪਣੇ ਨਾਲ ਮੁੰਡਾ ਆਇਆ ਸੀਗਾ ਜੀ ਆਪਣੇ ਪਿੰਡ ਤੋਂ ਹੀ ਆਪਣੇ ਨਾਲ ਸੰਗਤ ਆਈ ਸੀਗੀ ਅਤੇ ਉਹਦਾ ਅੱਜ ਬਰਥਡੇ ਆ ਜੀ ਅਤੇ ਮੁੰਡੇ ਦਾ ਨਾਮ ਹੈ ਡਿੰਪੀ ਅਤੇ ਅੱਜ ਉਹ ਡਿਨਰ ਕਰਾ ਰਿਹਾ ਜੀ ਬਰਥਡੇ ਦੀ ਪਾਰਟੀ ਦੇ ਰਿਹਾ ਜੀ ਇੱਥੇ ਅਤੇ ਅੱਜ ਆਪਾਂ ਇੱਥੇ ਕਿਹੜਾ ਰੈਸਟੋਰੈਂਟ ਆ ਇਹ ਬਾਈ ਹੈ ਬਾਰ ਬਾਰ ਬਾਹਰ ਰਹੇ ਇੱਥੇ ਜੀ ਹਾਂ ਇੱਥੇ ਆਪਾਂ ਡਿਨਰ ਕਰਨ ਲੱਗੇ ਹਾਂ ਜੀ ਹੁਣ ਬੜਾ ਪਿਆਰਾ ਰੈਸਟੋਰੈਂਟ ਹੈ ਜੀ ਚਲੋ ਆਰ ਵੀ
ਲੈ ਵੀ ਮੁੰਡੇ ਨੂੰ ਬਰਥਡੇ ਦੀ ਮੁਬਾਰਕਾਂ ਦੇ ਦਈਏ ਬਈ ਮੁਬਾਰਕਾਂ ਤੈਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਠੀਕ ਹੈ ਜੀ ਤੇ ਮੁੰਡਾ ਜੀ ਡਿਨਰ ਕਰਾ ਰਿਹਾ ਜੀ ਪਾਰਟੀ ਕਰ ਰਿਹਾ ਜੀ ਅੱਜ ਮੁੰਡਾ ਚਲੋ ਜੀ ਬੈਠੋ ਬੈਠੋ ਤਾਰ ਵੀ ਬਹਿ ਜਾ ਬਿੱਤਾ ਆਪਾਂ ਡਿਨਰ ਕਰ ਲਿਆ ਸੀਗਾ ਹੁਣ ਅਤੇ ਆਪਣੇ ਦੂਜੇ ਸੰਗਤ ਆਪਣੇ ਡਿਨਰ ਕਰ ਰਹੀ ਹੈ ਜੀ ਬਸ 10 ਮਿੰਟ ਤੱਕ ਫ੍ਰੀ ਹੋ ਜਾਵਾਂਗੇ ਜੀ ਸਾਰੇ ਅਤੇ ਫਿਰ ਚੱਲਦੇ ਹਾਂ ਜੀ ਇੰਦੌਰ ਅੱਜ ਗੁਰਦੁਆਰਾ ਸਾਹਿਬ ਰੁਕਦੇ ਹਾਂ ਜਾਂ ਉੱਥੇ ਨਾਲੇ ਹੋਟਲ ਹੈਗਾ ਜੇ ਨਹੀਂ ਉੱਥੇ ਰੂਮ ਮਿਲੇ ਸੀ ਤਾਂ ਗੁਰਦੁਆਰਾ ਸਾਹਿਬ ਹੈਗਾ ਨਾਲੇ ਉੱਥੇ ਰੁਕ ਜਾਵਾਂਗੇ ਨਹੀਂ ਹੋਟਲ ਹੈਗਾ ਅਤੇ ਉੱਥੇ ਰੈਸਟ ਕਰਾਂਗੇ ਅਤੇ ਟਾਈਮ ਹੋ ਗਿਆ ਜੀ ਟਾਈਮ 11:15 ਹੋ ਗਿਆ ਜੀ ਉਹੀ 12 ਵੱਜ ਜਾਣੇ ਪਹੁੰਚਦੇ ਨੂੰ ਆਪਾਂ ਨੂੰ ਗੁਰਦੁਆਰਾ ਸਾਹਿਬ ਜਾਂ ਹੋਟਲ ਤੱਕ ਅਤੇ 10-15 ਮਿੰਟ ਤੱਕ ਚੱਲਦੇ ਹਾਂ ਜੀ ਆਪਾਂ ਅਤੇ ਬੜੇ ਥੱਕ ਗਏ ਆ ਜੀ ਅਤੇ ਹੁਣ ਹੋਟਲ ਚੱਲ ਜਾ ਕੇ ਰੈਸਟ ਕਰਦੇ ਹਾਂ ਜੀ ਅਤੇ ਹੋਟਲ ਜਾ ਕੇ ਤੁਹਾਨੂੰ ਮਿਲਦੇ ਹਾਂ ਜੀ ਹੁਣ ਆਪਾਂ ਚੱਲੀਏ ਯਾਰ ਵੀ ਹਾਂ ਬੇਟਾ ਚਲੋ ਪੁੱਤ ਆ ਜਾਓ ਚਲੋ 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 ਲੈਟਸ ਗੋ ਵੀ ਆਰ ਲੇਟ ਨਾਓ चक्कर आने बेटे वॉमिटिंग आ जाएगी आपको फिर ਹਾਂਜੀ ਰਾਤ ਆਪਾਂ ਪਹੁੰਚ ਗਏ ਸੀਗੇ ਇੰਦੌਰ ਰਾਤ ਲੇਟ ਬਹੁਤ ਹੋ ਗਏ ਸੀਗੇ ਜੀ ਇਸ ਲਈ ਵਲੌਗ ਐਂਡ ਨਹੀਂ ਕਰ ਪਾਇਆ ਅਤੇ ਮੈਂ ਤੁਹਾਨੂੰ ਰੂਟ ਪਲੈਨ ਦੱਸਦਾ ਨੰਦੇੜ 'ਤੇ ਨੰਦੇੜ 'ਤੇ ਤੁਸੀਂ ਚੱਲਣਾ ਜੀ ਹਿੰਗੋਲੀ ਹਿੰਗੋਲੀ ਤੋਂ ਬਾਅਦ ਆਉਣਾ ਹੈ ਆਪਣਾ ਘਨੇਰ ਗਾਓਂ ਘਨੇਰ ਗਾਓਂ ਤੋਂ ਤੁਸੀਂ ਪੁੱਛਣਾ ਫਿਰ ਬਾਸੀਮ ਬਾਸੀਮ ਤੋਂ ਅੱਗੇ ਫਿਰ ਬਾਲੇ ਗਾਓਂ ਬਾਲੇ ਗਾਓਂ ਤੋਂ ਪਤੂਰ ਪਤੂਰ ਤੋਂ ਜੀ ਬਾਲਾਪੁਰ ਬਾਲਾਪੁਰ ਤੋਂ ਬਾਅਦ ਖੇਮ ਗਾਓਂ ਖੇਮ ਗਾਓਂ ਤੋਂ ਬਾਅਦ ਸਿੱਧਾ ਜੀ ਆਪਣਾ ਉੱਥੇ ਆਉਣਾ ਜੀ ਪਾਲਾ ਸਮਾਜ ਹੋਟਲ ਆਉਂਦਾ ਆਪਣੇ ਇੱਧਰ ਪੰਜਾਬ ਦੇ ਬੰਦਿਆਂ ਦਾ ਹੀ ਆ ਬਸ ਉੱਥੇ ਤੋਂ ਸਿੱਧਾ ਹੀ ਰੋਡ ਹੈਗਾ ਫਿਰ ਆਪਣਾ ਬਹਿਰਾਨਪੁਰ ਫਿਰ ਤੋਂ ਜਿੱਧਰ ਮਰਜ਼ੀ ਨਿਕਲ ਜਾਓ ਕੋਈ ਚੱਕਰ ਨਹੀਂ ਜੀ ਅਤੇ ਰਾਤ ਬਹੁਤ ਲੇਟ ਹੋ ਗਏ ਤੇ ਜੀ ਇਸ ਕਰਕੇ ਵਲੌਗ ਐਂਡ ਨਹੀਂ ਕਰ ਪਾਇਆ ਤਾਂ ਹੁਣ ਆਪਾਂ ਕਰਦੇ ਹਾਂ ਜੀ ਇਸ ਵਲੌਗ ਨੂੰ ਐਂਡ ਅਤੇ ਧੰਨਵਾਦ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਜੀ ਮਿਲਦੇ ਹਾਂ ਤੁਹਾਨੂੰ ਕਿਸੇ ਨਵੇਂ ਵਲੌਗ ਦੇ ਵਿੱਚ ਓਕੇ ਜੀ ਬਾਏ ਬਾਏ।